ਅਕਾਲੀ ਦਲ ਸੁਧਾਰ ਲਹਿਰ ਦੇ ਮੋਹਰੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਉੱਠਿਆ ਆਪਦੇ ਜਾਵੇ ਫਿੱਟੇ ਮੂੰਹ ਗੋਡਿਆਂ ਦਾ ਤਨਖਾਹੀਏ ਕਰਾਰ ਦਿੱਤੇ ਲੋਕ ਦੋਸ਼ੀ ਕਰਾਰ ਦਿੱਤੇ ਲੋਕ ਸਾਡੇ ਤੇ ਇਲਜ਼ਾਮ ਲਾ ਸਕਦੇ ਹਰਸਿਮਰਤ ਕੌਰ ਬਾਦਲ ਖੇਤੀ ਸੰਬੰਧੀ ਕਾਨੂੰਨਾਂ ਦੇ ਹੱਕ ਚ ਬੋਲੇ ਮੈਂ ਸਨੌਰ ਦੇ ਵਿੱਚ ਰੈਲੀ ਕੀਤੀ ਖੇਤੀ ਸੰਬੰਧੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ ਅਕਾਲੀ ਦਲ ਸੁਧਾਰ ਲਹਿਰ ਦੇ ਮੋਹਰੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਸਾਬਕਾ ਸਾਥੀ ਤੇ ਹੁਣ ਦੇ ਵਿਰੋਧੀ ਅਕਾਲੀ ਦਲ ਦੇ ਨਿਸ਼ਾਨੇ ਤੇਣੇ ਕਿਉਂ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਨੇ ਇਹਨਾਂ ਤੋਂ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਚੰਦੂਮਾਜਰਾ ਸਾਹਿਬ ਤੁਹਾਡੇ ਪੁਰਾਣੇ ਸਾਥੀ ਤੁਹਾਡੇ ਤੇ ਨਿਸ਼ਾਨੇ ਲਾ ਰਹੇ ਨੇ ਉਹਨਾਂ ਨੂੰ ਮੌਕਾ ਮਿਲਿਆ ਉਹ ਕਹਿੰਦੇ ਨੇ ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਕਿ ਕਿਤੇ ਨਾ ਕਿਤੇ ਬੀਜੇਪੀ ਨਾਲ ਘਿਓ ਖਿਚੜੀ ਬੀਜੇਪੀ ਨਾਲ ਕੋਈ ਨਾ ਕੋਈ ਸਾਂਢੀ ਗਾਂਢੀ ਹੈਗੀ ਹੈ ਕਹਿੰਦੇ ਤੁਹਾਡੇ ਜੰਮੂ ਵਾਲੇ ਐਪੀਸੋਡ ਨੇ ਉਹ ਸਾਬਤ ਕਰਤਾ ਤੁਸੀਂ ਜੰਮੂ ਪਹੁੰਚਦੇ ਹੋ ਉੱਥੇ ਪਿੱਛੇ ਤੁਹਾਡੇ ਬੀਜੇਪੀ ਦਾ ਝੰਡਾ ਬੀਜੇਪੀ ਦਾ ਬੈਨਰ ਨਜ਼ਰ ਆਇਆ ਬਰਾੜ ਸਾਹਿਬ ਮੈਂ ਸੱਚੀ ਗੱਲ ਦੱਸਾਂ ਆਹ ਜੋ ਰੌਲਾ ਅੱਜ ਪਾਇਆ ਜਿਵੇਂ ਕਹਿੰਦੇ ਪੰਜਾਬੀ ਦੀ ਕਹਾਵਤ ਆ ਉੱਠਿਆ ਆਪਦੇ ਜਾਵੇ ਫਿੱਟੇ ਮੂੰਹ ਗੋਡਿਆਂ ਦਾ ਹਾਂਜੀ ਉਹ ਗੱਲ ਆ ਵੀ ਮਤਲਬ ਆਪਦੇ ਗੁਨਾਹਾਂ ਤੇ ਪਰਦਾ ਪਾਉਣ ਲਈ ਆਪਦੀ ਜਿਹੜੀ ਨਮੋਸ਼ੀ ਹੋਈ ਆ ਟੌੜਾ ਸਾਹਿਬ ਦੀ ਜਨਮ ਸ਼ਤਾਬਦੀ ਤੇ ਇੱਕ ਵਿਸ਼ਾਲ ਇਕੱਠ ਕਰਕੇ ਦੁਨੀਆਂ ਨੇ ਮਤਲਬ ਦੇਖਿਆ ਵੀ ਸਾਰਾ ਪੰਥ ਸਾਰੇ ਪੰਜਾਬ ਹਿਤੈਸ਼ੀ ਪੰਥ ਹਿਤੈਸ਼ੀ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਮਤਲਬ ਇਹਨਾਂ ਨੂੰ ਨਮੋਸ਼ੀ ਦੇਖਣੀ ਪਈ ਹੁਣ ਮਤਲਬ ਇਹ ਗੱਲ ਉਹਨੂੰ ਰੋਲਣ ਦੀ ਥਾਂ ਕਰਨ ਵਾਸਤੇ ਮਤਲਬ ਇੱਕ ਬਹਾਨੇ ਵਾਲੀ ਗੱਲ ਹੁਣ ਪਹਿਲੀ ਗੱਲ ਇਹ ਦੱਸੋ ਵੀ ਜੰਮੂ ਮੈਂ ਗਿਆ ਮੈਂ ਕੋਈ ਚੋਰੀ ਛੁਪੀ ਗਿਆ ਮੈਂ ਤਾਂ ਇੱਕ ਪ੍ਰਾਈਵੇਟ ਫੰਕਸ਼ਨ ਤੇ ਗਿਆ ਸੀ ਸਕੂਲ ਦੇ ਤੇ ਗਗਨ ਬਰਨਾਲ ਜੀ ਮੇਰੇ ਨਾਲ ਸੀ ਉਹਦੇ ਦੋਸਤ ਦਾ ਸਕੂਲ ਤੇ ਅਸੀਂ ਗਏ ਚਲੋ ਉੱਥੇ ਇੱਕ ਬਲਵਿੰਦਰ ਸਿੰਘ ਹੈਪੀ ਆ ਪਿੱਛੇ ਇੱਕ ਵਾਰੀ ਆਜ਼ਾਦ ਵੀ ਚੋਣ ਜਿੱਤਿਆ ਸੀ ਉਹ ਚੋਣ ਇਸ ਵਾਰੀ ਵੀ ਚੋਣ ਲੜ ਰਿਹਾ ਸੀ ਪਰ ਉਹਨੇ ਕਾਗਜ਼ ਵਾਪਸ ਲੈ ਲਏ ਮੈਨੂੰ ਇਹ ਵੀ ਨਹੀਂ ਸੀ ਪਤਾ ਵਾਪਸ ਲੈ ਲਏ ਕਿ ਨਹੀਂ ਅਸੀਂ ਕੋਈ ਕਿਸੇ ਚੋਣ ਮੀਟਿੰਗ 'ਚ ਨਹੀਂ ਗਏ ਕਿਸੇ ਚੋਣ ਰੈਲੀ 'ਚ ਨਹੀਂ ਗਏ ਉੱਥੇ ਤੋਂ ਬਾਅਦ ਉਹ ਮੈਨੂੰ ਲੈ ਗਿਆ ਵੀ ਮੈਂ ਅੰਕਲ ਚਾਹ ਪਿਲਾਉਣੀ ਆ ਮੇਰੇ ਚੱਲੋ ਅਸੀਂ ਕਿਹਾ ਵੀ ਜ਼ਰੂਰ ਹੈਗਾ ਸੀ ਟਾਈਮ ਉਹਦੇ ਚਾਹ ਪੀਣ ਚਲੇ ਗਏ ਰਸਤੇ 'ਚ ਬਲਕਿ ਦੱਸਿਆ ਉਹਨੇ ਕਹਿੰਦਾ ਮੈਂ ਇਸ ਵਾਰੀ ਖੜ ਗਿਆ ਸੀ ਅਤੇ ਵਾਪਸ ਲੈ ਲਏ ਕਿਉਂਕਿ ਕਾਂਗਰਸ ਉਮੀਦਵਾਰ ਆ ਜਿਹੜਾ ਇਹਨੇ ਸਿੱਖਾਂ ਬਾਰੇ ਅਪਸ਼ਬਦ ਬੋਲੇ ਸੀ ਸਾਰੇ ਸਿੱਖ ਇਕੱਠੇ ਹੋ ਗਏ ਕਿਹਦੇ ਹੱਕ ਦੇ ਵਿੱਚ ਬੈਠ ਕੇ ਕਿਹਨੂੰ ਸਮਰਥਨ ਦਿੱਤਾ ਉਹਨਾਂ ਨੇ ਉਹਨੇ ਬੀਜੇਪੀ ਦੇ ਕੈਂਡੀਡੇਟ ਨੂੰ ਦਿੱਤਾ ਸਿੱਖ ਕੈਂਡੀਡੇਟ ਆ ਨਰਿੰਦਰ ਰੈਣਾ ਸ਼ਾਇਦ ਉਹਦਾ ਨਾਮ ਅਜੇ ਤਾਂ ਉਹਨੂੰ ਮਿਲੇ ਵੀ ਨਹੀਂ ਕੈਂਡੀਡੇਟ ਨੂੰ ਨਹੀਂ ਮਿਲੇ ਮੈਂ ਤੁਹਾਨੂੰ ਮੈਂ ਦੇਣਾ ਦੱਸਦਾ ਪਰ ਉਹ ਇੱਕ ਸਿੱਖ ਕਰਕੇ ਕਹਿੰਦੇ ਅਸੀਂ ਇਕੱਠੇ ਹੋ ਗਏ ਤਾਂ ਇਹ ਵੀ ਸੀ ਚਲੋ ਕਿਸੇ ਦੇ ਇੱਕ ਜਾਣੀ ਇੱਕ ਸਿੱਖ ਕੈਂਡੀਡੇਟ ਸੀ ਦੂਜੇ ਪਾਸੇ ਸਿੱਖਾਂ ਨੂੰ ਅਪਸ਼ਬਦ ਕਹਿਣ ਵਾਲਾ ਬੰਦਾ ਕਾਂਗਰਸ ਦਾ ਉਮੀਦਵਾਰ ਸੀ ਉਹ ਕਹਿੰਦੇ ਅਸੀਂ ਵਾਪਸ ਲੈ ਲਏ ਇਸ ਕਰਕੇ ਬਸ ਚਲੋ ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਤਾਂ ਨਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਜਾਂ ਚਾਰ ਦਿਨ ਪਹਿਲਾਂ ਦੀ ਗੱਲ ਮਗਰ ਕੱਲ੍ਹ ਦੀ ਨਹੀਂ ਸੀ ਕੋਈ ਗੱਲ ਉਹ ਤਾਂ ਸਾਨੂੰ ਚਾਹ ਪਿਲਾਉਣ ਲੈ ਗਿਆ ਅਤੇ ਉੱਥੇ ਪ੍ਰੈਸ ਵਾਲੇ ਆ ਗਏ ਪ੍ਰੈਸ ਵਾਲੇ ਤਾਂ ਮੈਂ ਜਿੱਥੇ ਜੇ ਕਿਤੇ ਹੋਰ ਪੰਜਾਬ ਦੇ ਬੰਦੇ ਮਿਲੇ ਉਹ ਕਹਿੰਦੇ ਅਸੀਂ ਚਾਹ ਪਿਲਾਉਣੀ ਘਰੇ ਅਸੀਂ ਉਹਨਾਂ ਦੇ ਗਏ ਪ੍ਰੈਸ ਵਾਲੇ ਉੱਥੇ ਵੀ ਆ ਗਏ ਇੱਕ ਮਾਹੌਲ ਆ ਸਾਡੇ ਗੁਰਦਾਸਪੁਰਾਂ ਦਾ ਤੇ ਉਹ ਕਹਿੰਦਾ ਮੈਂ ਲੰਚ ਮੈਂ ਕਰਾਉਣਾ ਮੈਂ ਉਹਦੇ ਚਲੇ ਗਿਆ ਤੁਸੀਂ ਉੱਥੇ ਤੁਸੀਂ ਗੱਲਬਾਤ ਕੀ ਕੀਤੀ ਜਿਹੜਾ ਸਮਰਥਨ ਬੀਜੇਪੀ ਨੂੰ ਦਿੱਤਾ ਉੱਥੇ ਤੁਹਾਡੇ ਸ਼ਬਦ ਕੀ ਸੀ ਉੱਥੇ ਕੋਈ ਸਮਰਥਨ ਵਾਲੀ ਗੱਲ ਜਾਂ ਚੋਣ ਰੈਲੀ ਤਾਂ ਹੈ ਨਹੀਂ ਸੀ ਪ੍ਰੈਸ ਵਾਲੇ ਜਦੋਂ ਚੋਣ ਚੱਲ ਰਹੀ ਆ ਪੁੱਛੇ ਲੈਂਦੇ ਆ ਮੈਂ ਇਹ ਜ਼ਰੂਰ ਗੱਲ ਕਹੀ ਆ ਵੀ ਜਿਹੜੇ ਸਿੱਖ ਇਕੱਠੇ ਹੋਏ ਨੇ ਇਸ ਕਰਕੇ ਇਕੱਠੇ ਹੋਏ ਨੇ ਵੀ ਜਿਹੜਾ ਕਾਂਗਰਸੀ ਉਮੀਦਵਾਰ ਆ ਉਹ ਸਾਡੇ ਪਹਿਲਾਂ ਸਾਡਾ ਅਕਾਲ ਤਖ਼ਤ ਸਾਹਿਬ ਢਾਇਆ ਕਤਲੇਆਮ ਸਿੱਖਾਂ ਦਾ ਕੀਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਿੱਕ 'ਚ ਗੋਲੀਆਂ ਮਾਰੀਆਂ ਇਹ ਸਿੱਖਾਂ ਦੇ ਕਾਤਲ
ਕੱਲ ਅਜੇ ਵੀ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਰਹਿੰਦੇ ਆ ਇਸ ਕਿਸੇ ਦੀਆਂ ਗੱਲਾਂ ਕਰਕੇ। ਇਸੇ ਕਰਕੇ ਸਿੱਖ ਸਮਾਜ ਇਕੱਠਾ ਹੋਇਆ, ਇਹ ਹੈਪੀ ਜੀ ਜਿਹੜਾ ਹੈ ਬਲਵਿੰਦਰ ਸਿੰਘ ਦਾ ਨਾਂ ਸਰ, ਵੀ ਇਹ ਇਕੱਠੇ ਹੋਏ ਆ, ਇਸੇ ਕਰਕੇ ਸਿੱਖ ਭਾਈਚਾਰਾ ਇਕੱਠਾ ਹੋਇਆ। ਚੰਗੀ ਗੱਲ ਆ, ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ, ਮਤਲਬ ਤਾਂ ਹੀ ਇਹਨਾਂ ਦੀ ਪੁੱਛੋ ਤਾਂ ਹੀ ਜਿਹੜੇ ਹੈਪੀ ਨੇ ਉਹ ਬੀਜੇਪੀ ਦੇ ਸਿੱਖ ਉਮੀਦਵਾਰ ਦੇ ਹੱਕ ਦੇ ਵਿੱਚ ਇਕੱਠੇ ਹੋ ਗਏ, ਸਮਰਥਨ ਦਿੱਤਾ ਉਹਨਾਂ ਨੇ ਬੀਜੇਪੀ ਦੇ ਉਮੀਦਵਾਰ ਨੂੰ, ਤੁਸੀਂ ਉਹਦੀ ਤਾਰੀਫ ਕਰਤੀ। ਉਹ ਪਹਿਲਾਂ ਮਤਲਬ ਇਹ ਨਹੀਂ ਹੈ ਵੀ ਕੱਲ ਦਿੱਤਾ ਸੀ, ਪਹਿਲਾਂ ਦਿੱਤਾ ਹੋਇਆ ਸੀ, ਤੁਸੀਂ ਉਹਦੀ ਤਾਰੀਫ ਕਰਤੀ ਕਿ ਇਕੱਠੇ ਹੋ ਗਏ ਵਧੀਆ ਹੋਇਆ। ਇਹ ਤਾਂ ਮੈਂ ਕਿਹਾ ਇਹਦੇ ਚ ਕੀ ਆ ਵੀ ਜੇ ਸਿੱਖ ਸਿੱਖ ਦੀ ਸੋਰ ਤੇ ਇਕੱਠੇ ਹੋ ਗਏ ਤਾਂ ਚੰਗੀ ਗੱਲ ਆ, ਤੇ ਫਿਰ ਦੂਜੀ ਗੱਲ ਹੋਏ ਕਿਉਂ ਆ ਕਿ ਉਹ ਸਿੱਖਾਂ ਬਾਰੇ ਉਹਨੇ ਕੋਈ ਅਪਸ਼ਬਦ ਬੋਲੇ ਤੇ ਇਸ ਰਿਐਕਸ਼ਨ ਚ ਹੋਏ ਨੇ, ਤੇ ਮੈਂ ਇਹ ਗੱਲ ਪੁਰਾਣੀ ਵੱਲ ਕੇ ਯਾਦ ਵੀ ਕਰਾਈ ਵੀ ਅਜੇ ਵੀ ਨਹੀਂ ਹਟਦੇ। ਚਲੋ ਕੋਈ ਉਹ ਚੋਣ ਰੈਲੀ ਜਾਂ ਚੋਣ ਪ੍ਰਚਾਰ ਥੋੜੋ ਸੀ, ਫਿਰ ਜਿਹੜੇ ਤੁਹਾਡਾ ਸਾਬਕਾ ਤੁਹਾਡੇ ਸਾਥੀ ਜਾਂ ਹੁਣ ਦਾ ਵਿਰੋਧੀ ਧੜਾ ਅਕਾਲੀ ਦਲ, ਫਿਰ ਉਹ ਕਿਉਂ ਨਾ ਤੁਹਾਡੇ ਤੇ ਨਿਸ਼ਾਨਾ ਲਾਉਣ? ਉਹ ਕਹਿੰਦੇ ਨੇ ਕਿ ਬੀਜੇਪੀ ਦਾ ਸਮਰਥਨ ਦਿੰਦੇ ਨਜ਼ਰ ਆਏ। ਗੱਲ ਸੁਣੋ, ਜਦੋਂ ਮੈਂ ਅਕਾਲੀ ਦਲ ਨਾਲ ਸਾਰੇ ਅਸੀਂ ਇਕੱਠੇ ਸੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਣਾਇਆ ਸੀ ਲਾਲ ਕਿਲੇ ਤੇ, ਇਹਨਾਂ ਨੇ ਨਾ ਧਾਮੀ ਸਾਹਿਬ ਨੂੰ ਜਾਣ ਦਿੱਤਾ ਨਾ ਸੁਖਬੀਰ ਜੀ ਆਪ ਗਏ ਤੇ ਮੈਂ ਜਾ ਕੇ ਆਇਆ ਸੀ। ਹਾਲਾਂਕਿ ਮੇਰੇ ਤੇ ਔਖੇ ਹੋਏ ਵੀ ਤੁਸੀਂ ਇਕੱਲੇ ਕਿਉਂ ਗਏ, ਮੈਂ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਰਕਾਰ ਮਨਾ ਰਹੀ ਹੋਵੇ ਲਾਲ ਕਿਲੇ ਤੇ ਕਿਉਂ ਨੀ ਜਾਣਾ ਚਾਹੀਦਾ ਸਾਨੂੰ, ਮੈਂ ਗਿਆ। ਤੁਹਾਡੀਆਂ ਸਾਰੀਆਂ ਘਟਨਾਵਾਂ ਨੂੰ ਜੋੜ ਦਿੰਦੇ ਕਿ ਬੀਜੇਪੀ ਨਾਲ ਕਹਿੰਦੇ ਪਹਿਲਾਂ ਤੁਸੀਂ ਹੈ ਨੇੜਤਾ ਕਿਉਂ ਇਹ ਬੀਜੇਪੀ ਜਦੋਂ ਉਹ ਲੈਂਡ ਐਕੁਜੀਸ਼ਨ ਐਕਟ ਆਇਆ, ਮਤਲਬ ਇਹ ਢੀਂਡਸਾ ਸਾਹਿਬ ਗਵਾਹ ਨੇ, ਨਰੇਸ਼ ਗੁਜਰਾਲ ਜੀ ਗਵਾਹ ਨੇ, ਮੋਦੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੈਂ ਵੈਂਕਈਆ ਨਾਇਡੂ ਨਾਲ ਮੇਰਾ ਝਗੜਾ ਹੋ ਗਿਆ। ਮੈਂ ਉਹ ਕਹਿੰਦਾ ਵੀ ਤੁਸੀਂ ਨਾਲੇ ਵਜ਼ੀਰੀਆਂ ਲਈ ਬੈਠੇ ਹੋ, ਨਾਲੇ ਤੁਸੀਂ ਇਹਦਾ ਵਿਰੋਧ ਕਰਦੇ ਹੋ ਲੈਂਡ ਐਕੁਜੀਸ਼ਨ ਐਕਟ ਦਾ, ਮੈਂ ਕਰਾਂਗੇ ਅਸੀਂ, ਸਾਨੂੰ ਉਹ ਖਰਾਇਜ ਚ ਦਿੱਤੀਆਂ ਸੀ ਵਜ਼ੀਰੀਆਂ। ਮੈਂ ਮੋਦੀ ਸਾਹਿਬ ਦੀ ਹਾਜ਼ਰੀ ਚ ਲੜਾਈ ਲੜੀ। ਤੁਸੀਂ ਹੋਰ ਦੱਸੋ ਵੀ ਬਾਦਲ ਸਾਹਿਬ ਖੇਤੀ ਸੰਬੰਧੀ ਕਾਨੂੰਨਾਂ ਦੇ ਹੱਕ ਚ ਬੋਲੇ, ਹਰਸਿਮਰਤ ਕੌਰ ਬਾਦਲ ਖੇਤੀ ਸੰਬੰਧੀ ਕਾਨੂੰਨਾਂ ਦੇ ਹੱਕ ਚ ਬੋਲੇ, ਮੈਂ ਸਨੌਰ ਦੇ ਵਿੱਚ ਰੈਲੀ ਕੀਤੀ ਖੇਤੀ ਸੰਬੰਧੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਰਾਜਪੁਰੇ ਦੇ ਵਿੱਚ ਰੈਲੀ ਕੀਤੀ ਖੇਤੀ ਸੰਬੰਧੀ ਕਾਨੂੰਨਾਂ ਦੇ ਹੱਕ ਵਿੱਚ। ਸਾਡੀ ਸਰਕਾਰ ਸੀ, ਸਾਡੀਆਂ ਲੜਕੀਆਂ ਜਿਹੜੀਆਂ ਨਰਸਿੰਗ ਹੋਸਟਲ ਦੇ ਵਿੱਚ ਸੀ ਉਹ ਧਰਨੇ ਤੇ ਬੈਠੀਆਂ ਸੀ ਰਾਜਪੁਰੇ, ਜਦੋਂ ਮੈਂ ਲੰਘਿਆ ਆ ਰਿਹਾ ਸਾਡੀ ਸਰਕਾਰ ਸੀ, ਸਾਡੀ ਸਰਕਾਰ ਦੇ ਵਿਰੁੱਧ ਬੈਠੇ ਸੀ। ਮੈਂ ਉਤਰ ਕੇ ਉਹਨਾਂ ਦੇ ਕੋਲ ਗਿਆ, ਇੱਥੇ ਸੰਤ ਮਹਾਂਪੁਰਖ ਵਾਈ ਪੀ ਐਸ ਦੇ ਚੌਂਕ ਦੇ ਵਿੱਚ ਆਪਣਾ ਖੂਨ ਲੈ ਕੇ ਬਾਟਾ ਲੈ ਕੇ ਇੱਥੇ ਆਣ ਕੇ ਬੈਠ ਗਏ, ਰਾਤ ਨੂੰ 12 ਵਜੇ ਮੈਂ ਉੱਥੇ ਗਿਆ। ਮਤਲਬ ਜਦੋਂ ਸਿੱਖੀ ਦੀ ਗੱਲ ਹੁੰਦੀ ਆ, ਸਿੱਖ ਭਾਵਨਾ ਦੀ ਗੱਲ ਹੁੰਦੀ ਆ, ਉੱਥੇ ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੈਂ ਮੇਰੇ ਸੁਭਾਅ ਦਾ ਹਿੱਸਾ। ਤੇ ਜੇ ਹੁਣ ਮਤਲਬ ਇੱਕ ਸਿੱਖ ਵਾਸਤੇ ਅਸੀਂ ਕਹਿਤਾ ਵੀ ਸਿੱਖ ਇਕੱਠੇ ਹੋ ਗਏ ਤਾਂ ਕੋਈ ਗੁਨਾਹ ਹੈ? ਅਸੀਂ ਤੁਸੀਂ ਬੇਸ਼ੱਕ ਸਪਸ਼ਟੀਕਰਨ ਦੇ ਰਹੇ ਹੋ, ਪਰ ਤੁਹਾਡੇ ਜਿਹੜੇ ਹੁਣ ਦੇ ਸਾਥੀ ਨੇ ਸੁਧਾਰ ਲਹਿਰ ਵਾਲੇ, ਉਹਨਾਂ ਨੇ ਵੀ ਤੁਹਾਡੇ ਤੋਂ ਕਿਨਾਰਾ ਕੀਤਾ ਇਸ ਪੂਰੇ ਤੁਹਾਡੇ ਇਸ ਐਪੀਸੋਡ ਤੋਂ। ਉਹ ਕਹਿੰਦੇ ਜੀ ਅਸੀਂ ਕਿਸੇ ਨੂੰ ਸਮਰਥਨ ਨਹੀਂ ਕਰਨਾ, ਚੰਦੂ ਮਹਾਰਾ ਸਾਹਿਬ ਦੇਖਣ। ਸਹੀ ਕੀਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਇਹ ਸੋਚ ਹੀ ਨਹੀਂ ਹੈ ਵੀ ਕਿਸੇ ਪਾਰਟੀ ਦੀ ਸਪੋਰਟ ਕਰਨੀ ਹੈ, ਨਾ ਅਸੀਂ ਅਜੇ ਕੋਈ ਫੈਸਲਾ ਹੀ ਕੀਤਾ ਵੀ ਜਿਹੜੀਆਂ ਮੌਜੂਦਾ 22 ਇਲੈਕਸ਼ਨਾਂ ਹੋ ਰਹੀਆਂ ਨੇ ਜਾਂ ਦੂਜੀਆਂ ਅਸੈਂਬਲੀ ਜਾਂ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਜਾਂ ਜਿਹੜੀ ਵੀ ਚੋਣ ਹੋਣੀ ਆਉਣ ਵਾਲੀ ਹੈ, ਜੇ ਉਹਦੇ ਬਾਰੇ ਤਾਂ ਫੈਸਲਾ ਹੀ ਨਹੀਂ ਸਾਡਾ ਵੀ ਕਿਹੜੀ ਪਾਰਟੀ ਦੇ ਨਾਲ ਅਲਾਇੰਸ ਕਰਨਾ, ਕਿਹੜੀ ਪਾਰਟੀ ਸਪੋਰਟ ਕਰਨੀਆਂ, ਵੱਖਰੇ ਲੜਨਾ। ਮਤਲਬ ਅਜੇ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕੁਰੀਤੀਆਂ ਆਈਆਂ, ਕਮੀਆਂ ਆਈਆਂ, ਜਿਨ੍ਹਾਂ ਦਾ ਜ਼ਿਕਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ ਕੇ ਐਲਾਨੀਆ ਤੌਰ ਤੇ ਕਿਹਾ ਵੀ ਪਿਛਲੇ ਸਮੇਂ ਵਿੱਚ ਜਿਹੜੇ ਫੈਸਲੇ ਹੋਏ ਸਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੇ ਸਮੇਂ ਉਹਨਾਂ ਦੀ ਅਗਵਾਈ ਦੇ ਵਿੱਚ, ਉਹਦੇ ਨਾਲ ਸਿੱਖ ਪੰਥ ਦਾ ਨੁਕਸਾਨ ਹੋਇਆ, ਕੌਮ ਦਾ ਨੁਕਸਾਨ ਹੋਇਆ, ਖੋਰਾ ਲੱਗਿਆ ਕੌਮ ਨੂੰ, ਤੇ ਨਾਲ ਇਹ ਵੀ ਕਿਹਾ ਵੀ ਅਕਾਲੀ ਦਲ ਕਮਜ਼ੋਰ ਹੋਇਆ, ਅਕਾਲੀ ਦਲ ਪਤਲਾ ਪਿਆ। ਮਤਲਬ ਇਹ ਗੱਲਾਂ ਜਿਹੜੀਆਂ ਇਹੀ ਗੱਲਾਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕਹੀਆਂ ਸੀ,
ਸਾਨੂੰ ਉਦੋਂ ਵੀ ਇਹ ਕਹਿੰਦੇ ਸੀ ਬੀਜੇਪੀ ਦੀ ਚਾਲ, ਮੌਕਾ ਮਿਲ ਗਿਆ ਉਹਨਾਂ ਨੂੰ ਬੋਲਣ ਦਾ, ਹੁਣ ਦੇਖ ਲਓ ਆਹ ਮੌਕਾ ਕਦੋਂ ਤਾਂ ਜਿਵੇਂ ਕਹਿੰਦੇ ਨਾ ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ। ਹੁਣ ਤਨਖਾਹੀਏ ਕਰਾਰ ਦਿੱਤੇ ਲੋਕ, ਦੋਸ਼ੀ ਕਰਾਰ ਦਿੱਤੇ ਲੋਕ, ਸਾਡੇ ਤੇ ਇਲਜ਼ਾਮ ਲਾ ਸਕਦੇ ਆ? ਆਖਰੀ ਸਵਾਲ ਆ, ਕੋਈ ਮਾੜੀ ਮੋਟੀ ਨੇੜਤਾ, ਕੋਈ ਮਾੜਾ ਮੋਟਾ ਦਿਲ ਚ ਤੁਹਾਡੇ ਭਾਵ, ਕੋਈ ਬੀਜੇਪੀ ਦੇ ਨਾਲ ਆਉਣ ਵਾਲੇ ਟਾਈਮ ਦੇ ਵਿਚ ਕੋਈ ਗੱਲਬਾਤ ਨੇੜੇ ਹੋ ਸਕਦੀ ਹੈ, ਕੋਈ ਨੇੜਤਾ ਨੂੜਤਾ ਵਾਲੀ? ਨਹੀਂ ਨਹੀਂ, ਦੇਖੋ ਰਾਜਸੀ ਖੇਤਰ ਦੇ ਵਿਚ ਮੈਂ ਬੜਾ ਸਪਸ਼ਟ ਹਾਂ, ਅਸੀਂ ਹਮੇਸ਼ਾ ਆਪਣੇ ਹੱਕਾਂ ਲਈ ਲੜੇ ਹਾਂ। ਮੈਂ ਉੱਥੇ ਬਲਕਿ ਵੀ ਕਿਹਾ, ਮੈਨੂੰ ਕਹਿੰਦੇ ਜੀ ਮੋਦੀ ਸਾਹਿਬ ਨੇ ਆਪਣਾ ਜਿਹੜਾ ਹੈਗਾ ਸੱਜਣ ਕੁਮਾਰ ਨੂੰ ਅੰਦਰ ਕੀਤਾ, ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ, ਬਲੈਕ ਲਿਸਟ ਖਤਮ ਕੀਤੀ। ਮੈਂ ਮੋਦੀ ਸਾਹਿਬ ਨੇ ਚੰਗੇ ਕੰਮ ਕੀਤੇ, ਅਸੀਂ ਇਹਦੀ ਐਪਰੀਸ਼ੀਏਟ ਕਰਦੇ ਹਾਂ, ਪਰ ਨਾਲ ਨਾਲ ਅਸੀਂ ਅਜੇ ਜਿਹੜੇ ਸਾਡੇ ਮਨਦੀਪ ਸਿੰਘਾਂ ਦੀ ਰਿਹਾਈ ਦਾ ਮਾਮਲਾ, ਸਾਡੇ ਜੇ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਉਹਨਾਂ ਤੇ ਨਸ਼ੇ ਲਾ ਕੇ ਦੁਬਾਰਾ ਵਧਾਤਾ ਤਾਂ ਘੱਟੋ ਘੱਟ ਕੇਂਦਰ ਸਰਕਾਰ ਉਹਨੂੰ ਰਿਜੈਕਟ ਕਰ ਦਿੰਦੀ, ਤੇ ਕਿਸਾਨਾਂ ਦਾ ਮਸਲਾ ਉਹ ਵੀ ਸੋਰਟ ਆਊਟ ਹੋਣਾ ਚਾਹੀਦਾ। ਕਹਿੰਦੇ ਬੁਲਾਏ ਨੇ, ਮੈਂ ਚੰਗੀ ਗੱਲ ਆ, ਜੇ ਕਿਸਾਨਾਂ ਨੂੰ ਬੁਲਾਉਣਗੇ ਸੋਰਟ ਆਊਟ ਹੋਵੇ ਕਿਸਾਨਾਂ ਦਾ ਮਸਲਾ ਤਾਂ ਚੰਗੀ ਗੱਲ ਆ। ਤੁਹਾਡੇ ਵਾਲੀ ਗੱਲ ਤੇ ਮੈਂ ਆਉਣਾ, ਜੇ ਮੰਨ ਲਓ ਇਹ ਮਸਲੇ ਹੱਲ ਹੋ ਜਾਂਦੇ ਆ, ਬੰਦੀ ਸਿੰਘ ਰਿਹਾ ਹੋ ਜਾਂਦੇ ਆ, ਅੰਮ੍ਰਿਤਪਾਲ ਸਿੰਘ ਖਾਲਸਾ ਦਾ ਮਸਲਾ ਹੱਲ ਹੋ ਜਾਂਦਾ, ਕਿਸਾਨਾਂ ਦੇ ਮਸਲੇ ਹੱਲ ਹੋ ਜਾਂਦੇ ਆ, ਤਾਂ ਫੇਰ ਬੀਜੇਪੀ ਵਾਲੇ ਪਾਸੇ ਗੱਲ ਚੱਲ ਸਕਦੀ? ਇਹ ਤਾਂ ਅਸੀਂ ਦੇਖੋ ਸਾਡੀ ਪਾਰਟੀ ਅਜੇ ਤਾਂ, ਪਹਿਲੀ ਗੱਲ ਤਾਂ ਅਸੀਂ ਅਜੇ ਪਾਰਟੀ ਨਹੀਂ ਬਣਾਈ, ਅਜੇ ਤਾਂ ਅਸੀਂ ਇੱਕ ਸਿਸਟਮ ਦੇ ਵਿੱਚ, ਪਹਿਲਾਂ ਤਾਂ ਤੁਹਾਡੀ ਸੋਚ ਕੀ ਹੈ ਵੈਸੇ? ਪਹਿਲਾਂ ਤਾਂ ਅਸੀਂ ਪਾਰਟੀ ਦੇ, ਮੈਂ ਇੱਕ ਪਾਰਟੀ ਦਾ ਹਿੱਸਾ, ਜੋ ਮੈਂ ਇਕੱਲੀ ਮੇਰੀ ਸੋਚ ਥੋੜੋ ਕੰਮ ਕਰੇਗੀ। ਪਹਿਲਾਂ ਤਾਂ ਅਸੀਂ ਅਜੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮੁੜ ਪੁਰਾਤਨ ਲੀਹਾਂ ਤੇ ਲਿਆਉਣ ਕੇ ਮੁੜ ਅਕਾਲੀ ਦਲ ਨੂੰ ਰਿਵਾਈਵਲ ਤੇ ਲੱਗੇ ਹੋਏ ਆ, ਔਰ ਅਕਾਲੀ ਦਲ ਦੀ ਅਸੀਂ ਤਾਂ ਜਥੇਦਾਰ ਸਾਹਿਬਾਨਾਂ ਨੂੰ ਟੌੜਾ ਸਾਹਿਬ ਦੀ ਜਿਹੜੀ ਪਹਿਲੀ ਜਨਮ ਸ਼ਤਾਬਦੀ ਉੱਥੇ ਓਪਨਲੀ ਅਪੀਲ ਕੀਤੀ ਆ ਵੀ ਅੱਜ ਪੰਥ 'ਚ ਖਿਲਾਫ ਪਿਆ ਵਾ, ਪੰਥ ਖਿਲਰਿਆ ਪਿਆ, ਪੰਥ ਸੰਕਟਾਂ 'ਚ ਘਿਰਿਆ ਪਿਆ, ਸਾਡੇ ਨੌਜਵਾਨ ਜੇਲ੍ਹਾਂ 'ਚ ਬੈਠੇ ਨੇ, ਔਰ ਸਾਡੇ ਭਾਈ ਰਾਜਵਾਨ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦੇ ਮਸਲੇ ਨੇ, ਪੰਜਾਬ ਆਰਥਿਕ ਤੌਰ 'ਤੇ ਕੰਗਾਲ ਹੋਇਆ ਪਿਆ, ਔਰ ਬੜੀਆਂ ਚੁਣੌਤੀਆਂ ਨੇ ਪੰਜਾਬ ਦੇ ਪੰਥ ਅੱਗੇ, ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਲਈ ਕੋਈ ਮਤਲਬ ਇੱਕ ਜਿਹੜੀ ਪੰਥਕ ਦਿਖ ਵਾਲੀ, ਪੰਥਕ ਵਿਚਾਰਧਾਰਾ ਵਾਲੀ ਇੱਕ ਮਤਲਬ ਜਿਹੜੀ ਲੜਾਈ ਲੜ ਸਕਣ ਦੀ ਸਮਰੱਥਾ ਵਾਲੀ ਲੀਡਰਸ਼ਿਪ ਹੋਵੇ, ਉਹਦੀ ਉਸ ਤਰ੍ਹਾਂ ਦੀ ਕਮਾਂਡ ਅੱਜ ਪੰਥ ਨੂੰ ਲੋੜ ਆ, ਉਸ ਤਰ੍ਹਾਂ ਦੀ ਕਮਾਂਡ ਅੱਜ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਨੂੰ ਲੋੜ ਆ। ਇਹ ਖਲਾਅ ਜਿਹੜਾ ਇਹਨੂੰ ਪੂਰਿਆ ਜਾਵੇ, ਅਸੀਂ ਤਾਂ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਕੀਤੀ ਆ ਉੱਥੇ, ਅਤੇ ਅੱਜ ਵੀ ਕਰਦੇ ਹਾਂ। ਸੋ ਇਸ ਕਰਕੇ ਐਸੇ ਹਾਲਾਤਾਂ ਦੇ ਵਿੱਚ ਕਿਹਦੀ ਸਪੋਰਟ ਕਰਨੀ ਆ, ਕਿਵੇਂ ਕਰਨੀ ਆ, ਇਹ ਤਾਂ ਅਸੀਂ ਉਦੋਂ ਕਰਾਂਗੇ ਨਾ ਜਦੋਂ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਮੁਕੰਮਲ ਹੋ ਕੇ ਮਤਲਬ ਇੱਕ ਜਿਹੀ ਜਿਹੀ ਤਬੱਕੋਂ ਲੋਕ ਅਕਾਲੀਆਂ ਤੋਂ ਕਰਦੇ ਨੇ, ਜਿਹਾ ਜਿਹਾ ਅਕਾਲੀ ਲੀਡਰਾਂ ਦਾ ਰੋਹਬ ਹੁੰਦਾ ਸੀ, ਭੈ ਹੁੰਦਾ ਸੀ, ਸਤਿਕਾਰ ਹੁੰਦਾ ਸੀ, ਉਸ ਤਰ੍ਹਾਂ ਦੀ ਮੁੜ ਸੁਰਜੀਤੀ ਜਦੋਂ ਅਕਾਲੀ ਦਲ 'ਚ ਆ ਜਾਏਗੀ ਉਦੋਂ ਫੈਸਲਾ ਕਰਾਂਗੇ ਵੀ ਕਿਸੇ ਨਾਲ ਕਰਨਾ ਨਹੀਂ ਕਰਨਾ, ਆਪ ਇਕੱਲਿਆਂ ਨੇ ਲੜਨੀ ਆ, ਉਦੋਂ ਹੋਣਗੇ। ਅਜੇ ਤਾਂ ਅਸੀਂ ਆਖਿਰ ਦੇ ਵਿੱਚ ਸਰ ਮੈਂ ਇੱਕ ਲਫ਼ਜ਼ ਦੇ ਵਿੱਚ ਹੀ ਜਵਾਬ ਚਾਹੂੰਗਾ, ਬੀਜੇਪੀ ਨਾਲ ਫਿਊਚਰ ਦੇ ਵਿੱਚ ਕਦੇ ਮਸਲੇ ਹੱਲ ਹੋ ਜਾਂਦੇ ਆ, ਸੰਭਾਵਨਾ ਹੈ ਗੱਠਜੋੜ ਦੀ, ਹਾਂ ਜਾਂ ਨਾ? ਮੈਂ ਤੁਹਾਨੂੰ ਦੱਸਦਾ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਉਹੀ ਗੱਲਾਂ ਰਿਪੀਟ ਕਰਾ ਲਓ, ਚਾਹੇ ਵੀ ਪਾਰਟੀ ਦੇ ਵਿੱਚ ਜਦੋਂ ਹੁੰਦੇ ਨੇ ਹਾਲਾਤਾਂ ਦੇ ਮੁਤਾਬਕ ਜਿਹੜੇ ਨੇ ਉਦੋਂ ਫੈਸਲੇ ਤੈਅ ਹੁੰਦੇ ਵੀ ਪਾਰਟੀ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਮੁੱਖ ਪ੍ਰਾਇਓਰਟੀ ਦਿੰਦੀ ਆ। ਹਾਲ ਦੀ ਘੜੀ ਸਾਡਾ ਮੈਂ ਫੇਰ ਦੁਬਾਰਾ ਰਿਵਾਈਵ ਕਰਦਾ ਵੀ ਅਜੇ ਪਾਰਟੀ ਨੂੰ ਮੁੜ ਰਿਵਾਈਵ ਕਰਨ ਦੇ ਦੌਰ ਚੋਂ ਅਸੀਂ ਲੰਘ ਰਹੇ ਹਾਂ, ਇਹ ਤਾਂ ਬਲਕਿ ਇੱਕ ਸਮਾਜਿਕ ਚੇਤਨਤਾ ਤੇ ਸਮਾਜ ਸੁਧਾਰ ਲਹਿਰ
ਇੱਕ ਵਿੰਗ ਦਾ ਸੰਗਠਨ ਵੀ ਕਰਨ ਲੱਗੇ ਹਾਂ ਵੀ ਜਿੰਨੀਆਂ ਸਮਾਜਿਕ ਰੀਤੀਆਂ ਨੇ ਚੁਣੌਤੀਆਂ ਨੇ ਉਹਨਾਂ ਲਈ ਅਸੀਂ ਇੱਕ ਵਿੰਗ ਤਿਆਰ ਕਰੀਏ। ਅਸੀਂ ਤਾਂ ਅਸਲ 'ਚ ਇਸ ਦੌਰ ਦੇ ਵਿੱਚ ਜੋ ਸਾਡੇ ਸਾਹਮਣੇ ਪੰਥਕ ਚੈਲੇਂਜ ਨੇ, ਪੰਜਾਬ ਦੇ ਚੈਲੇਂਜ ਨੇ, ਸਾਡੀ ਪਾਰਟੀ ਦੇ ਵਿੱਚ ਚੈਲੇਂਜ ਨੇ, ਅਸੀਂ ਉਹਨਾਂ ਨੂੰ ਨਜਿੱਠ ਕੇ ਇੱਕ ਜਿਸ ਤਰ੍ਹਾਂ ਲੋਕ ਆਸ ਉਮੀਦ ਕਰਦੇ ਨੇ ਅਕਾਲੀਆਂ ਤੋਂ, ਉਹ ਪੰਜਾਬ ਦੇ ਲੋਕ ਆਸ ਕਰਦੇ ਨੇ ਉਸ ਤਰ੍ਹਾਂ ਦਾ ਲਿਆਓ। ਚਾਹੀਂ ਤਾਂ ਅਸੀਂ ਵਾਰ ਵਾਰ ਸਤਿਗੁਰ ਜੀ ਬਾਦਲ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜੇ ਅਕਾਲਤਾ ਸਾਹਿਬ ਨੇ ਦੋਸ਼ੀ ਕਰਾਰ ਦੇ ਦਿੱਤੇ, ਤਨਖਾਹੀਆ ਕਰਾਰ ਦੇ ਹੀ ਦਿੱਤੇ, ਤਾਂ ਤੁਸੀਂ ਤਿਆਗ ਦੀ ਭਾਵਨਾ ਦਿਖਾ ਕੇ ਪੰਥਕ ਹਿੱਤਾਂ ਲਈ, ਪੰਜਾਬ ਦੇ ਹਿੱਤਾਂ ਲਈ ਜੇ ਲਾਂਭੇ ਹੋ ਜਾਓਗੇ ਤਾਂ ਇਹਦੇ ਨਾਲ ਪੰਜਾਬ ਦਾ ਪੰਥ ਦਾ ਭਲਾ, ਉਸ ਪਾਰਟੀ ਦੀ ਮਜ਼ਬੂਤੀ ਹੋਏਗੀ, ਉਹ ਪਾਰਟੀ ਤਕੜੀ ਹੋਏਗੀ ਜਿਹੜੀ ਪਾਰਟੀ ਨੇ ਤੁਹਾਨੂੰ ਵਾਰ ਵਾਰ ਮੁੱਖ ਮੰਤਰੀ ਬਣਾਇਆ, ਵਜ਼ੀਰ ਬਣਾਇਆ, ਡਿਪਟੀ ਸੀਐਮ ਬਣਾਇਆ, ਮਤਲਬ MP ਬਣਾਇਆ, MLA ਬਣਾਏ, ਚੇਅਰਮੈਨ ਬਣਾਏ। ਅੱਜ ਉਸ ਪਾਰਟੀ ਨੂੰ ਜੇ ਤਿਆਗ ਦੀ ਲੋੜ ਹੈ ਤਾਂ ਦਿਖਾ ਦੇਣੀ ਚਾਹੀਦੀ ਹੈ। ਅਸੀਂ ਤਾਂ ਉਹਨਾਂ ਨੂੰ ਪਿਆਰ ਨਾਲ ਨਿਮਰਤਾ ਨਾਲ ਕਹਿੰਦੇ ਹਾਂ, ਅਤੇ ਹੁਣ ਜਥੇਦਾਰ ਸਾਹਿਬਾਨਾਂ ਨੇ ਵੀ ਸੁਣਾਤਾ, ਹੁਣ ਤਾਂ ਅਸੀਂ ਵਾਰ ਵਾਰ ਇਹ ਹੁਣ ਇਹਨਾਂ ਗੱਲਾਂ 'ਤੇ ਪੜਦੇ ਪਾਉਣ ਕੇ ਆਪ ਤਾਂ ਲੁਕ ਲੁਕ ਕੇ ਵੀ ਮੀਟਿੰਗਾਂ ਕਰਦੇ ਰਹੇ ਗੁਨਾਹਗਾਰਾਂ ਨਾਲ, ਸਾਡੇ ਹੁਣ ਸਰੇਆਮ ਅਸੀਂ ਤਾਂ ਉੱਥੇ ਜਾ ਕੇ ਮਤਲਬ ਜੇ ਭਾਈਚਾਰੇ ਦੇ ਕਰਕੇ ਕੋਈ ਬੰਦਾ ਪਿਆਰ ਨਾਲ ਸਾਨੂੰ ਚਾਹ ਬਣਾਉਣ ਲੈ ਗਿਆ, ਇਹ ਕੋਈ ਅਸੀਂ ਚੋਣ ਰੈਲੀ ਕਰਦੇ? ਮਤਲਬ ਰੌਲਾ ਪੈ ਗਿਆ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰ ਹੋਣੀ ਕਹਿੰਦੇ ਨੇ ਕਿ ਇਹ ਤਾਂ ਐਵੇਂ ਰੌਲਾ ਪੈ ਗਿਆ ਕਿਉਂਕਿ ਮੈਂ ਕਿਸੇ BJP ਉਮੀਦਵਾਰ ਦੇ ਹੱਕ ਦੇ ਵਿੱਚ ਸਮਰਥਨ ਦੇਣ ਨਹੀਂ ਗਿਆ, ਪਰ ਕਹਿੰਦੇ ਨੇ ਕਿਉਂਕਿ ਸਿੱਖ ਔਰ ਧਾਰਮਿਕ ਭਾਵਨਾਵਾਂ ਦੇ ਚਲਦੇ ਕਈ ਵਾਰ ਐਸੇ ਭਾਵ ਪ੍ਰਗਟ ਹੋ ਜਾਂਦੇ ਨੇ ਕਿਉਂਕਿ ਉੱਥੇ ਜਿਹੜਾ ਕਾਂਗਰਸ ਉਮੀਦਵਾਰ ਹੈ ਉਸਨੇ ਸਿੱਖਾਂ ਪ੍ਰਤੀ ਐਸੀ ਸ਼ਬਦਾਵਲੀ ਵਰਤੀ ਕਿ ਉਹਦੇ ਖਿਲਾਫ ਸਿੱਖ ਜਿਹੜਾ ਭਾਈਚਾਰਾ ਉਹ ਇਕੱਠਾ ਹੋਇਆ ਔਰ ਉਹ ਉਸ BJP ਉਮੀਦਵਾਰ ਦੇ ਹੱਕ ਦੇ ਵਿੱਚ ਨਿਕਲਿਆ ਕਿਉਂਕਿ ਉਹ ਵੀ ਸਿੱਖ ਹੈ, ਪਰ ਕਹਿੰਦੇ ਨੇ ਕਿ ਸਮਰਥਨ ਕਿਸੇ ਪਾਰਟੀ ਨੂੰ ਸਾਡਾ ਨਹੀਂ ਹੈ। ਖੈਰ ਰੌਲਾ ਪੈ ਗਿਆ, ਸਿਆਸੀ ਇਲਜ਼ਾਮਬਾਜ਼ੀ ਤੇ ਵਾਰ ਪਲਟਵਾਰ ਜਾਰੀ ਹੈ। ਕੈਮਰਾਮੈਨ ਵਿਨੋਦ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ।